ਨਾਲ ਜੁੜੇ ਹੋ ਤੁਸੀਂ ਤੇ ਮੈਂ ਜੱਸੀ ਬੜਾ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਬਹੁਤ ਬਹੁਤ ਸਤਿਕਾਰ। ਦੋਸਤੋ ਅੱਜ ਬਹੁਤ ਖਾਸ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੀ। ਜਾਣਕਾਰੀ ਜੁੜੀ ਆ ਪੰਜਾਬੀ ਫਿਲਮ ਦੇ ਨਾਲ। ਪੰਜਾਬੀ ਫਿਲਮ ਬਾ ਕਮਾਲ ਫਿਲਮ ਬਹੁਤ ਖੂਬਸੂਰਤ ਫਿਲਮ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਦੋਸਤੋ 1981 ਦੇ ਵਿੱਚ ਰਿਲੀਜ਼ ਹੋਈ ਫਿਲਮ ਚੰਨ ਪਰਦੇਸੀ। 10 ਜੁਲਾਈ 1981 ਨੂੰ ਫਿਲਮ ਰਿਲੀਜ਼ ਹੋਈ ਚੰਨ ਪਰਦੇਸੀ ਬਾ ਕਮਾਲ ਦੀ ਫਿਲਮ ਸੀ ਪੰਜਾਬੀ ਸਿਨੇਮੇ ਦੀ ਕਹਿ ਸਕਦੇ ਆ ਇੱਕ ਸੋ ਨਿੰਦੀ ਫਿਲਮ ਸੀ ਚੰਦ ਪਰਦੇਸੀ ਬਹੁਤ ਸਾ ਆ ਬੜੀ ਇੱਕ ਕਹਿ ਸਕਦੇ ਆ ਇੱਕ ਬਹੁਤ ਖੂਬਸੂਰਤ ਜੀ ਕਹਾਣੀ ਹੈ ਬਹੁਤ ਖੂਬਸੂਰਤ ਜੇ ਅਦਾਕਾਰ ਸੀ ਫਿਲਮ ਦੇ ਵਿੱਚ ਬਹੁਤੇ ਕਲਾਕਾਰ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਇਨ੍ਹਾਂ ਫਿਲਮਾਂ ਦੇ ਜ਼ਰੀਏ ਇਨ੍ਹਾਂ ਕਹਾਣੀਆਂ ਦੇ ਜ਼ਰੀਏ ਸੋ ਗੱਲ ਕਰੀਏ ਚੰਦ ਪਰਦੇਸੀ ਦੀ ਨੈਸ਼ਨਲ ਅਵਾਰਡ ਫਿਲਮ ਨੂੰ ਮਿਲਿਆ ਸੀਗਾ ਚੰਦ ਪਰਦੇਸੀ ਨੂੰ 1981 ਦੇ ਵਿੱਚ ਫਿਲਮ ਰਿਲੀਜ਼ ਹੋਈ 1980 ਦੇ ਵਿੱਚ ਫਿਲਮ ਨੂੰ ਅਵਾਰਡ ਮਿਲਿਆ ਦੋਸਤੋ ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ ਆਪਾਂ ਸਾਰਿਆਂ ਨੇ ਲਗਭਗ ਇੱਕ ਨਹੀਂ ਕਿੰਨੀ ਵਾਰੀ ਇਹ ਫਿਲਮ ਨੂੰ ਵੇਖਿਆ ਆਪਾਂ ਨੇ ਇਸ ਫਿਲਮ ਦੀ ਇਸ ਲਈ ਕਹਾਣੀ ਦੀ ਗੱਲ ਤਾਂ ਨਹੀਂ ਕਰਾਂਗੇ ਪਰ ਇਸ ਫਿਲਮ ਦੀਆਂ ਤੁਹਾਨੂੰ ਬਹੁਤ ਸਾਰੀਆਂ ਖੂਬਸੂਰਤ ਜੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਫਿਲਮ ਦੁਆਰਾ ਰਿਲੀਜ਼ ਹੋਣ ਜਾ ਰਹੀ ਹੈ ਜੀ 2 ਮਹੀਨوں ਸਿਨੇਮਾ ਘਰਾਂ ਦੇ ਵਿੱਚ ਫਿਲਮ ਦੁਆਰਾ ਰਿਲੀਜ਼ ਹੋਏਗੀ ਇੱਕ ਕਹਿ ਸਕਦੇ ਆ ਇੱਕ ਨਵੇਂ 뮤직 ਦੇ ਨਾਲ ਇੱਕ ਨਵੀਂ ਸਕਰੀਨ ਦੇ ਨਾਲ ਫਿਲਮ ਰਿਲੀਜ਼ ਹੋਏਗੀ ਕਲਰਫੁਲ ਸਕਰੀਨ ਹੋਏਗੀ ਥੋੜਾ 뮤ਜ਼ਿਕ ਵੀ ਥੋੜਾ ਅੱਜ ਦੇ ਟਾਈਮ ਦਾ ਸਾਨੂੰ 뮤ਜ਼ਿਕ ਵੀ ਫਿਲਮ ਦੇ ਵਿੱਚ ਵੇਖਣ ਨੂੰ ਸੁਣਨ ਨੂੰ ਮਿਲੇਗਾ ਸੋ ਕਹਿ ਸਕਦੇ ਆ ਕਿ 20 ਮਈ ਨੂੰ ਆਪਣੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੁਬਾਰਾ ਰਿਲੀਜ਼ ਹੋਣ ਜਾ ਰਹੀ ਹੈ ਜੀ 1980 ਦੇ ਵਿੱਚ ਆਪਾਂ 1981 ਦੇ ਵਿੱਚ ਫਿਲਮ ਨੂੰ ਨਹੀਂ ਸੀ ਵੇਖਿਆ ਸਿਨੇਮਾ ਘਰਾਂ ਦੇ ਵਿੱਚ ਸੋ ਬੜੀ ਉਡੀਕ ਸੀਗੀ ਸਾਨੂੰ ਮੇਰੀ ਤਾਂ ਬੜੀ ਅੱਛਾ ਸੀਗੀ ਪਰਸਨਲੀ ਗੱਲ ਕਰਾਂ ਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਇੱਛਾ ਸੀਗੀ ਮੈਸੇਜ ਵੀ ਆਉਂਦੇ ਸੀਗੇ ਕਿ ਇਹ ਫਿਲਮਾਂ ਨੂੰ ਜੇ ਦੁਬਾਰਾ ਸਿਨੇਮੇ ਘਰਾਂ ਦੇ ਵਿੱਚ ਵੇਖਿਆ ਜਾਵੇ ਤਾਂ ਕਿਵੇਂ ਦਾ ਹੋਏਗਾ ਤੋ ਕਹਿ ਸਕਦੇ ਆ ਕਿ ਸਾਡੀ ਇਹ ਮਨੁਕਾਮਨਾ ਜਿਹੜੀ ਉਹ ਪੂਰੀ ਹੋਣ ਜਾ ਰਹੀ ਹੈ ਕਿ ਕਿਉਂਕਿ 20 ਮਈ ਨੂੰ ਫਿਲਮ ਦੁਵਾਰਾ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ ਹੁਣ ਸਾਂਝੀਆ ਕਰਾਂਗੇ ਤੁਹਾਡੇ ਨਾਲ ਫਿਲਮ ਦੀਆਂ ਕੁਝ ਖਾਸ ਗੱਲਾਂ ਦੋਸਤੋ ਉਹਨਾਂ ਸਮਿਆਂ ਦੇ ਵਿੱਚ ਚੰਨ ਪ੍ਰਦੇਸੀ ਫਿਲਮ 13 ਲੱਖ ਰੁਪਏ ਦੇ ਵਿੱਚ ਤਿਆਰ ਹੋਈ ਸੀ ਹਾਲਾਂਕਿ ਉਹਦੋਂ ਫਿਲਮਾਂ ਦੀ ਗੱਲ ਕਰ ਲਈਏ ਤਾਂ ਜਿਹੜੀਆਂ ਉਹਦੋਂ ਫਿਲਮਾਂ ਬਣਦੀਆਂ ਸੀ ਆ ਤਕਰੀਬਨ 7 ਤੋਂ 8 ਲੱਖ ਦੇ ਤਕਰੀਬਨ ਫਿਲਮਾਂ ਦਾ ਬਜਟ ਹੁੰਦਾ ਸੀਗਾ ਪਰ ਚੰਨ ਪ੍ਰਦੇਸੀ ਫਿਲਮ ਦਾ ਜਿਹੜਾ ਬਜਟ ਸੀਗਾ ਉਹ 13 ਲੱਖ ਸੀਗਾ ਹਾਲਾਂਕਿ ਬਹੁਤੇ ਕਲਾਕਾਰਾਂ ਨੇ ਇਸ ਫਿਲਮ ਦੇ ਵਿੱਚ ਕੁਝ ਲੈਤਾ ਨਹੀਂ ਸੀਗਾ ਕਿਉਂਕਿ ਉਹਨਾਂ ਨੇ ਇਸ ਫਿਲਮ ਆਪਣੀ ਦਿੱਲੀ ਇੱਛਾ ਦੇ ਲਈ ਫਿਲਮ ਕੀਤੀ ਸੀਗੀ ਉਹਨਾਂ ਨੇ ਕੋਈ ਆਪਣੀ ਫੀਸ ਤੱਕ ਨਹੀਂ ਸੀ ਲੈਤੀ ਇਸ ਫਿਲਮ ਦੇ ਲਈ ਕਿਉਂਕਿ ਬੜੀ ਅੱਛਾ ਸੀ ਬੜਾ ਚਾਹ ਸੀ ਉਹਨਾਂ ਨੂੰ ਇਸ ਫਿਲਮ ਦਾ ਦੋਸਤੋ ਉਦੋਂ ਬਹੁਤ ਸਾਰੀ ਕਠਿਨਾਈਆਂ ਦੇ ਵਿੱਚ ਰਹਿੰਦੇ ਆ ਫਿਲਮ ਰਿਲੀਜ਼ ਹੋਈ ਸੀ ਕਿਉਂਕਿ ਉਦੋਂ ਬੈਂਟੀਆਂ ਨਹੀਂ ਸੀ ਹੁੰਦੀਆਂ ਉਦੋਂ ਬਹੁਤ ਸਾਰੇ ਐਦਾਂ ਦੇ ਸਾਧਨ ਨਹੀਂ ਸੀਗੇ ਸੋ ਉਦੋਂ ਫਿਲਮ ਰਿਲੀਜ਼ ਹੋਈ ਸੀ ਜੀ ਚੰਨ ਪਰਦੇਸੀ ਕਲਾਕਾਰਾਂ ਦੀ ਗੱਲ ਕਰਾਂਗੇ ਅਦਾਕਾਰਾਂ ਦੀ ਗੱਲ ਕਰਾਂਗੇ ਤਾਂ ਬਾਲੀਵੁੱਡ ਤੇ ਪੋਲੀਵੁੱਡ ਨੇ ਹਲਕੇ ਫਿਲਮ ਨੂੰ ਸ਼ੰਗਾਰਿਆ ਰਲ ਕੇ ਫਿਲਮ ਨੂੰ ਉੱਪਰ ਤੱਕ ਲੈ ਕੇ ਗਏ ਦੋਸਤੋ ਇਸ ਫਿਲਮ ਦੇ ਅਦਾਕਾਰਾਂ ਦੀ ਗੱਲ ਕਰਾਂਗੇ ਤਾਂ ਇਸ ਫਿਲਮ ਦੇ ਵਿੱਚ ਬਹੁਤ ਖਾਸ ਤੇ ਬਾਲੀਵੁੱਡ ਤੇ ਪਾਲੀਵੁੱਡ ਨੇ ਰਲ ਕੇ ਫਿਲਮ ਨੂੰ ਬਣਾਇਆ ਅਦਾਕਾਰ ਬਹੁਤ ਖਾਸ ਨੇ ਉਮਰੀਸ਼ ਪੁਰੀ ਜੀ ਰਾਜ ਬੱਬਰ ਜੀ ਰਾਮਾ ਵਿਜ ਓਮ ਪੁਰੀ ਸੁਨੀਤਾ ਧਿਰ ਕੁਲਵੋਸ਼ਨ ਖਰਵੰਦਾ ਬਹੁਤ ਖਾਸ ਅਦਾਕਾਰ ਇਸ ਫਿਲਮ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਣਗੇ ਬਹੁਤ ਅਦਾਕਾਰ ਮਹਿਲ ਮਿੱਤਲ ਜੀ ਉਮਰੀਸ਼ ਪੁਰੀ ਜੀ ਤੇ ਓਮ ਪੁਰੀ ਜੀ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਉਹਨਾਂ ਦੀਆਂ ਯਾਦਾਂ ਨੂੰ ਅਸੀਂ ਦੁਬਾਰਾ ਫਿਰ ਤਾਜ਼ਾ ਕਰਾਂਗੇ ਇਸ ਫਿਲਮ ਦੇ ਜ਼ਰੀਏ ਬਹੁਤ ਚੰਗੇ ਕਿਰਦਾਰ ਸੀ ਫਿਲਮ ਦੇ ਵਿੱਚ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਫਿਲਮ ਨੂੰ ਚਾਰ ਚੰਨ ਲਾਈ ਤੇ ਚਾਰ ਸਾਲਾਂ ਤੋਂ ਲੱਗਨ ਤੋਂ ਬਾਅਦ ਫਿਲਮ ਬੰਦੀ ਹੈ ਜੀ ਚੰਦ ਪਰਦੇਸੀ ਫਿਲਮ ਦਾ 뮤직 ਬਾ ਕਮਾਲ ਸੀ ਫਿਲਮ ਦਾ 뮤직 ਕੀਤਾ ਸੀ ਜੀ ਸੁਰਿੰਦਰ ਕੋਹਲੀ ਹੁਰਾ ਨੇ ਸੋ ਫਿਲਮ ਦੇ ਪ੍ਰੋਡਿਊਸਰ ਜੇ ਐਸ ਚੀਮਾ ਜੀ ਤੇ ਬਲਦੇਵ ਗਿੱਲ ਜੀ ਕਹਿ ਸਕਦੇ ਆ ਕਿ ਕਹਿੰਦੇ ਇਹ ਪ੍ਰੋਡਿਊਸਰਾਂ ਨੇ ਇਸ ਫਿਲਮ ਨੂੰ ਬਣਾਉਣ ਦੇ ਲਈ ਆਪਣਾ ਬਹੁਤ ਕੁਝ ਗਵਾਇਆ ਸੀਗਾ ਕਿਉਂਕਿ ਫਿਲਮ ਬਹੁਤ ਖਾਸ ਸੀਗੀ ਫਿਲਮ ਬਹੁਤ ਮਹਿੰਗੀ ਸੀਗੀ ਬਹੁਤ ਕੁਝ ਦਾਤੇ ਲਾ ਕੇ ਉਹਨਾਂ ਨੇ ਇਸ ਫਿਲਮ ਨੂੰ ਬਣਾਇਆ ਹਾਲਾਂਕਿ ਇਸ ਫਿਲਮ ਦੀ ਬਾਕਸ ਆਫਿਸ ਕਮਾਈ ਵੀ ਜਿਹੜੀ ਵਧੀਆ ਰਹੀ ਸੀਗੀ ਵਧੀਆ ਸੀਗੀ ਕਹਿ ਸਕਦੇ ਆ ਕਿ ਮਾੜੀ ਨਹੀਂ ਸੀ ਬਹੁਤ ਚੰਗੀ ਕਲੈਕਸ਼ਨ ਹੋਈ ਸੀ ਫਿਲਮ ਦੀ ਪਰ ਉਹਨਾਂ ਨੇ ਇਸ ਫਿਲਮ ਨੂੰ ਬਣਾਉਣ ਦੇ ਲਈ ਬਹੁਤ ਸੰਘਰਸ਼ ਲੜਿਆ ਇਸ ਫਿਲਮ ਦੀ ਕਹਾਣੀ ਵੀ ਬਲਦੇਵ ਗਿੱਲ ਉਹਨਾਂ ਨੇ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਇਸ ਕਹਾਣੀ ਨੂੰ ਲਿਖਿਆ ਗਿਆ ਸੀ ਦੋਸਤੋ ਇਸ ਫਿਲਮ ਦੇ ਡੀਓਪੀ ਦੀ ਗੱਲ ਕਰ ਲਈ ਤਾਂ ਇਸ ਫਿਲਮ ਦੇ ਡੀਓਪੀ ਮਨਮੋਹਨ ਸਿੰਘ ਜਿਨ੍ਹਾਂ ਨੇ ਬਾ ਕਮਾਲ ਦੀਆਂ ਫਿਲਮਾਂ ਨੂੰ ਡਾਇਰੈਕਟ ਅੱਜ ਦੇ ਪ੍ਰਸਿੱਧ ਡਾਇਰੈਕਟਰ ਨੇ ਜਿਨ੍ਹਾਂ ਨੇ ਜੀ ਆਇਆਂ ਵਰਗਿਆਂ ਸਾਡੇ ਪੰਜਾਬੀ ਸਿਨੇਮਾ ਜਗਤ ਨੂੰ ਇੱਕ ਹੋਰ ਉਹਨਾਂ ਨੇ ਕਹਿ ਸਕਦਾ ਕਿ ਨਵੇਂ ਸਿਨੇਮੇ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਹਰ ਪਸੰਮਾਨ ਹੋਰਾਂ ਦੇ ਨਾਲ ਕਾਫੀ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਉਸ ਸਮੇਂ ਉਹਨਾਂ ਨੇ ਡੀਓਪੀ ਦਾ ਕਿਰਦਾਰ ਨਿਭਾਇਆ ਇਸ ਫਿਲਮ ਦੇ ਵਿੱਚ ਸੋ ਬਹੁਤ ਸਾਰੇ ਅਦਾਕਾਰ ਬਹੁਤ ਸਾਰੇ ਕਹਿ ਸਕਦੇ ਆ ਪੂਰੀ ਟੀਮ ਨੇ ਜੁੜ ਕੇ ਫਿਲਮ ਬਣਾਈ ਫਿਲਮ ਨੂੰ ਚਾਰ ਚੰਨ ਲੱਗੇ ਫਿਲਮ ਬਣਦੀ ਆ ਚੰਨ ਪਰਦੇਸੀ ਸੋ ਫੈਲ ਲਈ ਸਾਨੂੰ ਬਹੁਤ ਵਿਸਾਦਰੀ ਦੇ ਨਾਲ ਉਡੀਕ ਸੀ ਕਿ ਇਸ ਫਿਲਮ ਨੂੰ ਅਸੀਂ ਸਿਨੇਮਾ ਘਰਾਂ ਦੇ ਵਿੱਚ ਕਦੋਂ ਵੇਖਾਂਗੇ ਦੋਸਤੋ ਖਾਸ ਗੱਲ ਤੁਹਾਨੂੰ ਦੱਸਦੇ ਆ ਕਿ ਇਸ ਫਿਲਮ ਨੂੰ ਗੀਤਾਂ ਦੀ ਗੱਲ ਕਰ ਲਈਏ ਤਾਂ ਆਪਣੀ ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਇਸ ਫਿਲਮ ਦੇ ਗੀਤਾਂ ਨੂੰ ਨਿਭਾਇਆ ਸੀਗਾ ਜੀ ਮੁਹੰਮਦ ਰਫੀ ਜੀ ਉਹਨਾਂ ਨੇ ਬਹੁਤ ਖੂਬਸੂਰਤ ਆਵਾਜ਼ ਦਿੱਤੀ ਗੀਤਾਂ ਨੂੰ ਇਸ ਫਿਲਮ ਦੇ ਜ਼ਰੀਏ ਸੋ ਕਹਿ ਸਕਦੇ ਆ ਕਿ ਬਹੁਤ ਬੇਸਬਰੀ ਦੇ ਨਾਲ ਸਾਨੂੰ ਉਡੀਕ ਹੋएगी ਸਾਨੂੰ ਦੇਖਣਾ ਚਾਹੀਦਾ ਕਿ ਨਵੇਂ ਯੁੱਗ ਦੇ ਵਿੱਚ ਉਹ ਕਹਾਣੀ ਕਿ ਕਿਵੇਂ ਦੀ ਕਿਵੇਂ ਦੀ ਕਹਾਣੀ ਸੀ ਕਿਵੇਂ ਦਾ ਮਾਹੌਲ ਸੀ ਕਿਉਂਕਿ ਬੜੀ ਸਾਨੂੰ ਇੱਛਾ ਸੀ ਕਿ ਉਹ ਉਹ ਪੰਜਾਬ ਵੀ ਸਾਨੂੰ ਦਿਖੂਗਾ 1980-81 ਦਾ ਪੰਜਾਬ ਸਾਨੂੰ ਦਿਖੂਗਾ ਸੋ ਅੱਜ ਦੇ ਕਹਿ ਸਕਦੇ ਆ ਅੱਜ ਅਸੀਂ ਨਵੀਂ ਸਕਰੀਨ ਤੇ ਉਹ ਪੰਜਾਬ ਦੇਖਾਂਗੇ ਸੋ ਬਹੁਤ ਬੇਸਬਰੀ ਦੇ ਨਾਲ ਸਾਨੂੰ ਉਡੀਕਾ ਤੁਸੀਂ ਵੀ ਇਹ ਇਹ ਮੌਕਾ ਕਦੇ ਵੀ ਨਾ ਖੁੰਝਾਓ ਆਪਣੇ ਸਿਨੇਮਾ ਘਰਾਂ ਦੇ ਵਿੱਚ ਜਾਓ ਜਿੱਥੇ ਕਿਤੇ ਵੀ ਫਿਲਮ ਲੱਗਦੀ ਹੈ ਰਿਲੀਜ਼ ਹੁੰਦੀ ਹੈ ਸੋ ਪਲੀਜ਼ ਆਪਣੇ ਪਰਿਵਾਰ ਦੇ ਨਾਲ ਇਸ ਫਿਲਮ ਨੂੰ ਜ਼ਰੂਰ ਵੇਖੋ ਕਿ ਫਿਲਮ ਬਾ ਕਮਾਲ ਆ ਕਹਾਣੀ ਬਾ ਕਮਾਲ ਆ ਅਦਾਕਾਰ ਬਾ ਕਮਾਲ ਨੇ ਸੋ ਇਹ ਸੀ ਜੁੜੀ ਸਾਡੀ ਅੱਜ ਦੀ ਜਾਣਕਾਰੀ ਜੀ ਪੰਜਾਬੀ ਫਿਲਮ ਚੰਨ ਪਰਦੇਸੀ ਦੇ ਨਾਲ ਸੋ ਕਿਵੇਂ ਦੀ ਲੱਗੀ ਸਾਨੂੰ ਆਪਣੇ ਕਮੈਂਟਸ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਇਹ ਫਿਲਮ ਨੂੰ ਵੇਖਿਆ ਉਹ ਵੀ ਸਾਡੇ ਨਾਲ ਆਪਣੀ رائے ਜਰੂਰ ਸਾਂਝੀ ਕਰਿਓ ਕਿ ਤੁਹਾਨੂੰ ਫਿਲਮ ਕਿੱਦਾਂ ਲੱਗੀ ਸੋ ਕਿੰਨੀ ਕੋ ਇੱਛਾ ਤੁਹਾਨੂੰ ਸਿਨੇਮੇ ਘਰਾਂ ਦੇ ਵਿੱਚ ਇਸ ਫਿਲਮ ਨੂੰ ਦੁਬਾਰਾ ਵੇਖਣ ਦੇ ਲਈ ਬੜੇ ਰੋ ਸਾਡੇ ਨਾਲ ਵੇਖਦੇ ਰਹੋ ਚੈਨਲ ਪੰਜਾਬੀ ਸਟੇਸ਼ਨ ਧੰਨਵਾਦ